ਸ੍ਰੀਕਾਲ ਜੀ ਇਸ ਕਿਸਾਨ ਅੰਦੋਲਨ ਨਾਲ ਜੁੜ ਕੇ ਵੱਖ ਵੱਖ ਦੇਸ਼ਾਂ ਦੇ ਵਿੱਚ ਬੈਠੇ ਮੇਰੇ ਬਹੁਤ ਹੀ ਪਿਆਰੇ ਇਸ ਅੰਦੋਲਨ ਦੇ ਹਿਤੈਸ਼ੀ ਵੀਰੋ ਅੱਜ ਮੀਟਿੰਗ ਹੋਈ ਹੈ ਸੰਯੁਕਤ ਕਿਸਾਨ ਮੋਰਚੇ ਦੀ ਔਰ ਉਸ ਮੀਟਿੰਗ ਦੇ ਵਿੱਚ ਕੁਝ ਫੈਸਲੇ ਲਏ ਗਏ ਨੇ ਜਿਵੇਂ ਇੱਕ ਤਾਂ ਸਭ ਤੋਂ ਵੱਡਾ ਫੈਸਲਾ ਇਹ ਲਿਆ ਗਿਆ ਕਿ 6 ਤਰੀਕ ਨੂੰ 5 ਘੰਟੇ ਦੇ ਲਈ KMP ਰੋਡ ਹੈ ਜਿਹੜੀ ਇਹ ਸੜਕ ਨੂੰ ਜਾਮ ਕੀਤਾ ਜਾਣਾ ਔਰ ਇਹ ਸੜਕ ਨੂੰ ਜਾਮ ਕਰਨ ਦਾ ਜਿਹੜਾ ਮੁੱਖ ਕਾਰਨ ਹੈ ਕਿ ਇੱਕ ਸਰਕਾਰ ਨੂੰ ਇੱਕ ਤਰ੍ਹਾਂ ਦਾ ਸੰਦੇਸ਼ਾ ਦੇਣਾ ਹੈ ਕਿ ਅਗਰ ਸਰਕਾਰ ਨੇ ਸ਼ਾਂਤਮਈ ਬੈਠੇ ਕਿਸਾਨਾਂ ਦੀ ਇਹ ਗੱਲ ਦੀ ਸੁਣਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅੰਦੋਲਨ ਅਗਲੇ ਜਿਹੜੇ ਪ੍ਰੋਗਰਾਮ ਆ ਹੋਰ ਵੀ ਇਸ ਤੋਂ ਵੀ ਤਿੱਖੇ ਅਤੇ ਤੇਜ਼ ਹੋ ਸਕਦੇ ਹੈ ਸੋ ਇਹ ਸੁਨੇਹਾ ਦੇਣ ਵਾਸਤੇ ਆਪਾਂ 5 ਘੰਟਿਆਂ ਦੇ ਲਈ KMP ਜਾਮ ਕਰਨੀ ਹੈ ਨਾਲ ਉਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਹੈ ਕਿ ਅਸੀਂ ਸਾਡੇ ਜਿਹੜੇ ਪਰਿਵਾਰ ਨੇ ਔਰਤ ਦਾ ਬਹੁਤ ਵੱਡਾ ਯੋਗਦਾਨ ਹੈ ਮੁੱਢ ਲਾ ਤੋਂ ਖੇਤੀ ਦੇ ਵਿੱਚ ਔਰ ਅੱਜ ਜਦੋਂ ਖੇਤੀ ਦੇ ਬਚਾਉਣ ਦੀ ਗੱਲ ਆਉਂਦੀ ਹੈ ਤਾਂ ਉਸ ਵੇਲੇ ਫਿਰ ਲੋੜ ਮਹਿਸੂਸ ਹੁੰਦੀ ਹੈ ਕਿ ਸਾਡੀਆਂ ਭੈਣਾਂ ਸਾਡੀਆਂ ਧੀਆਂ ਸਾਡੀਆਂ ਬੇਟੀਆਂ ਸਾਡੀਆਂ ਮਾਤਾਵਾਂ ਇਸ ਅੰਦੋਲਨ ਦੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਕਿਉਂਕਿ 8 ਤਰੀਕ ਨੂੰ ਇਹ ਮਹਿਲਾਵਾਂ ਦਾ ਔਰਤਾਂ ਦਾ ਬੀਬੀਆਂ ਦਾ ਜਿਹੜਾ ਦਿਨ ਮਨਾਇਆ ਜਾ ਰਿਹਾ ਹੈ ਪੂਰੇ ਦੇਸ਼ ਦੇ ਅੰਦਰ ਉਹਦੇ ਵਿੱਚ ਸਾਡਾ ਇੱਕੋ ਹੀ ਸਭ ਤੋਂ ਵਧੀਆ ਤਰੀਕਾ ਇਹ ਦਿਨ ਮਨਾਉਣ ਦਾ ਕਿ ਅਸੀਂ ਜਿਸ ਤਰ੍ਹਾਂ ਸਾਡੀਆਂ ਭੈਣਾਂ ਦਾ ਸਾਡੀ ਖੇਤੀ ਨੂੰ ਕਰਨ ਦੇ ਵਿੱਚ ਇਸ ਰੁਜ਼ਗਾਰ ਨੂੰ ਕਰਨ ਦੇ ਵਿੱਚ ਜਿਸ ਤਰ੍ਹਾਂ ਦਾ ਹਿੱਸੇਦਾਰੀ ਹੈ ਉਸੇ ਤਰ੍ਹਾਂ ਦੀ ਹਿੱਸੇਦਾਰੀ ਇਸ ਰੁਜ਼ਗਾਰ ਨੂੰ ਜਿਉਂਦਿਆਂ ਰੱਖਣ ਦੇ ਲਈ ਪਾਉਣ ਦੇ ਲਈ ਆਪਾਂ ਸਾਰੀਆਂ ਸਾਡੀਆਂ ਭੈਣਾਂ ਨੇ ਕੋਸ਼ਿਸ਼ ਕਰਨੀ ਹੈ ਕਿ 8 ਤਰੀਕ ਨੂੰ ਆਪਾਂ ਦਿੱਲੀ ਦੇ ਸਾਰੇ ਹੀ ਬਾਰਡਰ ਹੈ ਜਿਹੜੇ ਸਿੰਘੂ ਬਾਰਡਰ ਹੈ ਟਿਕਰੀ ਬਾਰਡਰ ਹੈ ਜਾਂ ਜਿਹੜਾ ਪਲਵਲ ਬਾਰਡਰ ਹੈ ਜਾਂ ਗਾਜ਼ੀਪੁਰ ਬਾਰਡਰ ਹੈ ਇਹਨਾਂ ਬਾਰਡਰਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਭੈਣਾਂ ਸਾਡੇ ਪਰਿਵਾਰ ਸਾਡੀਆਂ ਬੀਬੀਆਂ ਪਹੁੰਚ ਕੇ ਹਾਜ਼ਰੀ ਲਵਾਉਣ ਤਾਂ ਕਿ ਉਹ ਦਿਨ ਸਾਰਾ ਹੋਣਾ ਵੀ ਸਟੇਜ ਵੀ ਬੀਬੀਆਂ ਨੇ ਚਲਾਉਣੀ ਹੈ ਅਤੇ ਸਾਰਾ ਪ੍ਰਬੰਧ ਵੀ ਬੀਬੀਆਂ ਦਾ ਹੋਏਗਾ ਉਸ ਦਿਨ ਔਰ ਉਸ ਤੋਂ ਅੱਗੇ ਇੱਕ ਪ੍ਰੋਗਰਾਮ ਇਹ ਦਿੱਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 15 ਮਾਰਚ ਨੂੰ ਇੱਕ ਟਰੇਡ ਯੂਨੀਅਨਸ ਵੱਲੋਂ ਪ੍ਰਾਈਵੇਟੇਸ਼ਨ ਦੇ ਖਿਲਾਫ ਇੱਕ ਪ੍ਰੋਗਰਾਮ ਦਿੱਤਾ ਜਾ ਰਿਹਾ ਹੈ ਕਿ ਰੇਲਵੇ ਦੇ ਜਿਹੜੇ ਕਰਮਚਾਰੀ ਨੇ ਉਹ ਅੰਦੋਲਨ ਕਰਨਗੇ ਪ੍ਰੋਟੈਸਟ ਕਰਨਗੇ ਰੇਲਵੇ ਸਟੇਸ਼ਨਾਂ ਦੇ ਬਾਹਰ ਆ ਕੇ ਔਰ ਉਹਦੇ ਵਿੱਚ ਅਸੀਂ ਸਹਿਯੋਗ ਕਰਨਾ ਹੈ ਤਾਂ ਕਿ ਆਉਣ ਵਾਲੇ ਜਿਹੜੇ ਅੰਦੋਲਨ ਦੇ ਵਿੱਚ ਜਿਹੜੇ ਸਾਡੇ ਰੇਲਵੇ ਦੇ ਕਰਮਚਾਰੀ ਜਿਨ੍ਹਾਂ ਨੇ ਪਹਿਲਾਂ ਵੀ ਸਾਡੇ ਸਹਿਯੋਗ ਦਾ ਐਲਾਨ ਕੀਤਾ ਹੋਇਆ ਅਤੇ ਆਉਣ ਵਾਲੇ ਅੱਗੇ ਦਿਨਾਂ ਦੇ ਵਿੱਚ ਵੀ ਸਾਡਾ ਸਹਿਯੋਗ ਉਹ ਦੇਣਗੇ ਸੋ ਇਸ ਪ੍ਰੋਗਰਾਮ ਦੇ ਵਿੱਚ ਇਹ ਸਾਡੇ 3 ਪ੍ਰੋਗਰਾਮ ਉਲੀਕੇ ਗਏ ਨੇ ਇਹਨਾਂ ਦੇ ਵਿੱਚ ਆਪਾਂ ਸਾਰਿਆਂ ਨੇ ਸ਼ਮੂਲੀਅਤ ਕਰਨੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਅਗਲੇ ਪ੍ਰੋਗਰਾਮ ਆਉਣੇ ਆ ਉਹ ਵੀ ਮਤਲਬ ਜਲਦ ਹੀ ਅਗਲੀਆਂ ਮੀਟਿੰਗਾਂ ਦੇ ਵਿੱਚ ਦਿੱਤੇ ਜਾਣਗੇ ਅਗਰ ਸਰਕਾਰ ਨੇ ਸਾਡੇ ਇਸ ਜਿਹੜੀ ਚੁੱਪਧਾਰੀ ਹੈ ਜਿਹੜਾ ਆਪਣੇ ਆਪ ਨੂੰ ਇੱਕ ਤਰ੍ਹਾਂ ਦਾ ਡੈਡਲੋਕ ਬਣਾ ਕੇ ਬੈਠੀ ਹੈ ਉਹ ਡੈਡਲੋਕ ਤੜਵਾਉਣ ਵਾਸਤੇ ਸਾਨੂੰ ਬਹੁਤ ਵੱਡੇ ਦਬਾਅ ਪ੍ਰੈਸ਼ਰ ਦੀ ਲੋੜ ਪੈਣੀ ਹੈ ਜਿਵੇਂ ਅੱਜ ਵੈਸੇ ਬੈਲਟ ਹੋ ਰਿਹਾ ਜਿਹੜਾ ਪ੍ਰੈਸ਼ਰ ਆ ਸਰਕਾਰ ਦੇ ਉੱਤੇ ਦਿਨੋਂ ਦਿਨ ਦਬਾਅ ਵੱਧ ਰਿਹਾ ਇਸ ਗੱਲ ਨੂੰ ਸਾਡੇ ਜਿਹੜੇ ਬਹੁਤ ਸਾਰੇ ਵੀਰ ਇਹ ਵੀ ਸੋਚਦੇ ਹੋਣਗੇ ਕਿ ਅੰਦੋਲਨ ਸ਼ਾਇਦ ਮਤਲਬ ਮੱਠਾ ਜਿਹਾ ਨਜ਼ਰ ਆ ਰਿਹਾ ਹੈ ਖੜਾ ਜਿਹਾ ਨਜ਼ਰ ਆ ਰਿਹਾ ਹੈ ਨਹੀਂ ਅੰਦੋਲਨ ਖੜਾ ਨਹੀਂ ਨਜ਼ਰ ਆ ਰਿਹਾ ਇਸ ਅੰਦੋਲਨ ਦੇ ਵਿੱਚੋਂ ਇੱਕ ਗੱਲ ਬਹੁਤ ਇੰਪੋਰਟੈਂਟ ਨੋਟ ਕਰਨ ਵਾਲੀ ਹੈ ਕਿ ਅੰਦੋਲਨ ਚੜ੍ਹਦੀ ਕਲਾ 'ਚ ਅਤੇ ਪਹਿਲਾਂ ਨਾਲੋਂ ਬਹੁਤ ਤੇਜ਼ੀ ਦੇ ਨਾਲ ਅੰਦੋਲਨ ਅੱਗੇ ਵੱਧ ਰਿਹਾ ਹੈ ਜਿਵੇਂ ਕਿ ਇੱਕ ਦਿਨ ਸਾਡੀ ਸਰਕਾਰ ਇਹ ਕਹਿੰਦੀ ਰਹੀ ਹੈ ਤੁਸੀਂ ਸੁਣਦੇ ਰਹੇ ਹਾਂ ਤੁਸੀਂ ਸਾਰੇ ਟੈਲੀਵਿਜ਼ਨਾਂ ਦੇ ਮਾਧਿਅਮ ਦੇ ਰਾਹੀਂ ਕਿ ਮੰਤਰੀ ਜੀ ਐਗਰੀਕਲਚਰ ਮਿਨਿਸਟਰ ਦੇ ਵਾਰ ਵਾਰ ਬਿਆਨ ਆਉਂਦਾ ਸੀਗਾ ਕਿ ਇਕੱਲੇ ਪੰਜਾਬ ਦੇ ਲੋਕ ਨੇ ਫਿਰ ਕਦੇ ਇਹ ਵੀ ਆਇਆ ਕਿ ਪੰਜਾਬ ਅਤੇ ਹਰਿਆਣਾ ਜਦੋਂ ਇਕੱਠੇ ਹੋ ਕੇ ਲੜਨ ਲੱਗੇ ਤਾਂ ਇੱਕੇ ਕੁਝ ਕੁ ਲੋਕ ਨੇ ਮੁੱਠੀ ਭਰ ਲੋਕ ਨੇ ਲੇਕਿਨ ਅੱਜ ਇਹ ਅੰਦੋਲਨ ਇੰਨਾ ਸਪਰੈਡ ਹੋ ਗਿਆ ਪੂਰੇ ਦੇਸ਼ ਦੇ ਅੰਦਰ ਫੈਲ ਚੁੱਕਿਆ ਕਿ ਅੱਜ ਉਸੇ ਹੀ ਮੰਤਰੀ ਜੀ ਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਇਹ ਅੰਦੋਲਨ ਮੁੱਠੀ ਭਰ ਵਾਲੀਆਂ ਗੱਲਾਂ ਛੱਡ ਕੇ ਇਹ ਦਿਸਣ ਲੱਗ ਪਿਆ ਕਿ ਵੱਡੀਆਂ ਭੀੜਾਂ ਇਕੱਠੀਆਂ ਕਰਕੇ ਕਾਨੂੰਨ ਵਾਪਸ ਨਹੀਂ ਕੀਤੇ ਜਾ ਸਕਦੇ ਦਾ ਮਤਲਬ ਅੱਜ ਭੀੜ ਸਤਾਉਣ ਲੱਗੀ ਹੈ ਅੱਜ ਮੁੱਠੀ ਭਰ ਤੋਂ ਲੋਕ ਵੱਡੀਆਂ ਭੀੜਾਂ ਨਜ਼ਰ ਆਉਣ ਲੱਗੀਆਂ ਸਰਕਾਰਾਂ ਨੂੰ ਸੋ ਇਹ ਇੱਕ ਤਰ੍ਹਾਂ ਦਾ ਤੁਹਾਡੇ ਪ੍ਰੈਸ਼ਰ ਦਾ ਸਿੱਟਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਅੱਜ ਮਤਲਬ ਸਾਡਾ ਦੇਖ ਰਹੇ ਹਾਂ ਅਸੀਂ ਵੱਡੀਆਂ ਮਹਾਂਪੰਚਾਇਤਾਂ ਹੋ ਰਹੀਆਂ ਨੇ UP ਦੇ ਵਿੱਚ ਲਗਾਤਾਰ ਪੈਰਲ ਪੰਚਾਇਤਾਂ ਹੋ ਰਹੀਆਂ ਨੇ ਮੱਧ ਪ੍ਰਦੇਸ਼ ਦੀਆਂ ਪੰਚਾਇਤਾਂ ਰਾਜਸਥਾਨ ਦੀਆਂ ਪੰਚਾਇਤਾਂ
ਕਰਨਾਟਕਾ ਕੇਰਲਾ ਦੀਆਂ ਪੰਚਾਇਤਾਂ ਹੋਣ ਦੇ ਪ੍ਰੋਗਰਾਮ ਆ ਚੁੱਕੇ ਨੇ, ਰਾਜਸਥਾਨ ਦੀਆਂ ਪੰਚਾਇਤਾਂ ਦੇ ਪ੍ਰੋਗਰਾਮ ਆ ਚੁੱਕੇ ਨੇ। ਔਰ ਇਹ ਸਭ ਕੁਝ ਜਿਹੜਾ ਹੋ ਰਿਹਾ ਇਹਨੂੰ ਇਹ ਵੇਖਣ ਨੂੰ ਲੱਗਦਾ ਕਿ ਸ਼ਾਇਦ ਇਹ ਇੱਕ ਸ਼ਾਇਦ ਰਾਜਨੀਤੀ ਵਰਗ ਵੱਲ ਨੂੰ ਵੱਧ ਰਹੀ ਗੱਲ ਹੋਵੇ, ਪਰ ਨਹੀਂ, ਇਹ ਇੱਕ ਤਰ੍ਹਾਂ ਦਾ ਪ੍ਰੈਸ਼ਰ ਬੈਲਟ ਕਰਨ ਵਾਸਤੇ ਸਰਕਾਰ ਦੇ ਮੂੰਹੋਂ ਇਹ ਕਹਾਉਣ ਦੇ ਵਿੱਚ ਆਪਾਂ ਸਫਲ ਹੋਏ ਹਾਂ ਇਹਨਾਂ ਪੰਚਾਇਤਾਂ ਦੇ ਰਾਹੀਂ। ਤਾਂ ਇਹ ਇੱਕ ਬਹੁਤ ਵੱਡਾ ਦਬਾਅ ਬਣ ਰਿਹਾ, ਇਸੇ ਤਰ੍ਹਾਂ ਦਬਾਅ ਬਣਦਾ ਗਿਆ, ਅਗਰ ਵੱਧਦਾ ਗਿਆ ਤਾਂ ਬਹੁਤਾ ਸਮਾਂ ਨਹੀਂ ਲੱਗੇਗਾ ਕਿ ਸਰਕਾਰ ਨੂੰ, ਕਿਉਂਕਿ ਸਰਕਾਰਾਂ ਇਹ ਜਿਹੜੀਆਂ ਫਾਸੀਵਾਦੀ ਸਰਕਾਰਾਂ ਬਣੀਆਂ ਹੋਈਆਂ ਨੇ ਇਹਨਾਂ ਸਰਕਾਰਾਂ ਵਾਸਤੇ ਤਾਂ ਇੱਕ ਵਧੀਆ ਤਰੀਕਾ ਇਹੀ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਪ੍ਰੈਸ਼ਰ ਬਣਾ ਸਕੀਏ। ਜਦੋਂ ਇਹਨਾਂ ਦੀ ਕੁਰਸੀ ਹਿਲਦੀ ਦੀਦੀ ਹੈ, ਜਦੋਂ ਇਹਨਾਂ ਦਾ ਦੀ ਸਤਾ ਨੂੰ ਝਟਕਾ ਵੱਜਦਾ ਦੀਦਾ ਹੈ, ਉਦੋਂ ਹੀ ਜਾ ਕੇ ਮਤਲਬ ਲੋਕਾਂ ਦੀਆਂ ਮੰਗਾਂ ਵੱਲੇ ਧਿਆਨ ਦਿੰਦੇ ਨੇ। ਔਰ ਉਹ ਜਿਹੜਾ ਆਪਾਂ ਇਹਨਾਂ ਦੀ ਸਤਾ ਹਿਲਾਉਣ ਵਾਸਤੇ ਜਿਸ ਤਰ੍ਹਾਂ ਦਾ ਅੱਜ ਪੂਰੇ ਦੇਸ਼ ਦੇ ਵਿੱਚ ਅੰਦੋਲਨ ਫੈਲ ਰਿਹਾ ਹੈ ਔਰ ਬੀਜੇਪੀ ਨੂੰ ਝਟਕਾ ਲੱਗ ਰਿਹਾ ਹੌਲੀ ਹੌਲੀ, ਜਿਵੇਂ ਪਤਾ ਲੱਗਿਆ ਕਿ ਕੱਲ੍ਹ ਦੀ ਰਿਪੋਰਟ ਹੈ ਕਿ 26% ਮੋਦੀ ਜੀ ਦਾ ਗ੍ਰਾਫ ਡਾਊਨ ਆਇਆ ਹੈ, ਅਤੇ ਜੇਕਰ ਇਹ ਗ੍ਰਾਫ ਡਾਊਨ ਆਉਂਦਾ ਹੈ ਤਾਂ ਸਮਝ ਲਓ ਪੂਰੇ ਦੇਸ਼ ਦੇ ਅੰਦਰ ਇੱਕ ਤਰ੍ਹਾਂ ਦਾ ਬੀਜੇਪੀ ਦੇ ਖਿਲਾਫ ਮਾਹੌਲ ਬਣ ਰਿਹਾ ਹੈ। ਔਰ ਉਸ ਮਾਹੌਲ ਦੇ ਵਿੱਚੋਂ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਨੂੰ ਮਜਬੂਰ ਹੋਣਾ ਪੈਣਾ ਹੈ ਤੁਹਾਡੇ ਕਾਨੂੰਨ ਰੱਦ ਕਰਨ ਦੇ ਲਈ। ਸੋ ਮੇਰੇ ਦੋਸਤੋ, ਡਟੇ ਰਹੀਏ, ਆਪਾਂ ਇਸੇ ਤਰ੍ਹਾਂ ਅੰਦੋਲਨ ਦੇ ਵਿੱਚ ਸਹਿਯੋਗ ਕਰਦੇ ਰਹੋ, ਵੱਡੀ ਗਿਣਤੀ ਦੇ ਵਿੱਚ ਆਪਾਂ ਇਸ ਅੰਦੋਲਨ ਨੂੰ ਮਜ਼ਬੂਤ ਕਰਨਾ। ਔਰ ਜਿਹੜਾ KMP ਜਾਮ ਕਰਨਾ ਉਹਦੇ ਵਾਸਤੇ ਵੀ ਸਾਡੀ ਬੇਨਤੀ ਹੈ ਕਿ ਹਰ ਪਿੰਡ ਦੇ ਵਿੱਚੋਂ ਘੱਟੋ ਘੱਟ ਜਿੰਨੇ ਤੁਸੀਂ ਪਹਿਲਾਂ ਆ ਰਹੇ ਹੋ ਉਹਦੇ ਨਾਲੋਂ ਡੂਢੇ ਆਦਮੀ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਕਿ ਆਪਾਂ KMP ਨੂੰ ਪੂਰਨ ਤੌਰ 'ਤੇ ਜਾਮ ਕਰ ਸਕੀਏ। ਤੋ ਇਸ ਗੱਲ ਦੇ ਨਾਲ ਆਪਣੀ ਸਫਲਤਾ ਹੋਣੀ ਹੈ। ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।